ਹੈਲੋ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਦਿਲਜੀਤ ਦੋਸਾਂਝ ਹੈਲੋ ਹਾਂਜੀ ਵੀਰੇ ਤੁਸੀਂ ਪਹਿਲੇ ਬੰਦੇ ਹੋ ਬਾਈ ਜਿਹੜੇ ਆਏ ਹੋ ਸਾਡੇ ਵਿਹੜੇ ਸਿਕਸ 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 ਇੱਦਾਂ ਪਹਿਲੇ ਹੈਲੋ 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 ਤੀਜੇ ਚੌਥੇ ਪੰਜਵੇਂ ਛੇਵੇਂ ਬਣਦੇ ਜਾ ਰਹੇ ਹੋ ਤੁਸੀਂ ਸਾਰੇ ਆਉਂਦੇ ਸਾਰੇ ਤੁਸੀਂ ਟੋਪ ਲਾਈਵ ਹੋ ਜਾਂਦੇ ਮਾਰੇ ਕਰਦੇ ਕੀ ਹੋ ਨਾਲ ਹੀ ਛਾ ਜਾਂਦੇ ਤੁਸੀਂ ਅਸੀਂ ਆ ਗਏ ਜੀ ਮੁੰਬਈ ਅਤੇ ਅੱਜ ਹੈਗਾ ਰਾਈਜ਼ਿੰਗ ਸਟਾਰ ਨਵੇਂ ਕਲਾਕਾਰਾਂ ਦਾ ਪ੍ਰੋਗਰਾਮ ਜਿੱਥੇ ਨਵੇਂ ਨਵੇਂ ਗਾਣੇ ਅਤੇ ਨਵੇਂ ਨਵੀਆਂ ਗਾਣੇ ਤਾਂ ਚਲੋ ਫਿਲਮਾਂ ਵਾਲੇ ਹੀ ਚੱਲਦੇ ਜ਼ਿਆਦਾਤਰ ਅਤੇ ਨਵੀਆਂ ਆਵਾਜ਼ਾਂ ਕਹਿ ਲਓ ਅਤੇ ਨਵੀਆਂ ਆਵਾਜ਼ਾਂ ਅਤੇ ਨਵੀਆਂ ਨਵਾਂ ਮਾਹੌਲ ਸੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਰਾਈਜ਼ਿੰਗ ਸਟਾਰ ਅਤੇ ਅੱਜ ਡਰੈਸ ਮੇਰੀ ਰਾਈਜ਼ਿੰਗ ਸਟਾਰ ਵਾਲੀ ਹੋਣ ਵਾਲੀ ਆ ਅੱਜ ਮੈਂ ਥੋੜ੍ਹਾ ਸੱਜਣ ਸਿੰਘ ਰੰਗਰੂਟ ਦੇ ਹੀ ਲੁੱਕ 'ਚ ਬੈਠ ਰਿਹਾ ਕਿਉਂਕਿ ਭਾਈ ਨੈਸ਼ਨਲ ਟੀ ਵੀ ਹੈ ਅਤੇ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਹੁਣ ਤਾਂ ਨਹੀਂ ਐਂ ਤਾਂ ਕਰੀਏ ਸੋ ਸਾਰੇ ਬਹੁਤ ਸਪੋਰਟ ਕਰ ਰਹੇ ਆ ਜਿੱਥੇ ਤੱਕ ਹੋ ਸਕਦਾ ਸਾਰੇ ਬਹੁਤ ਵਧੀਆ ਮੈਸੇਜਸ ਈਮੇਲਸ ਆਪਣੀਆਂ ਵੀਡੀਓਜ਼ ਮੈਸੇਜਸ ਸਾਰੇ ਮੈਨੂੰ ਭੇਜਦੇ ਪਏ ਮੈਨੂੰ ਸਾਰੀਆਂ ਈਮੇਲਸ ਤੁਹਾਡੀਆਂ ਮਿਲਦੀਆਂ ਪਈਆਂ ਈਮੇਲ ਬਲੌਕ ਹੋ ਜਾਂਦੀ ਦੂਜੇ ਤੀਜੇ ਦਿਨ ਹੁਣ ਜ਼ਿਆਦਾ ਸਪੇਸ ਲੈ ਲਈ ਹੈ ਅਤੇ ਆਈ ਹੋਪ ਕਿ ਹੁਣ ਬਲੌਕ ਨਹੀਂ ਹੋਊਗੀ ਅਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਿਆਂ ਦਾ ਸਾਰੇ ਫੈਮਿਲੀਜ਼ ਦਾ ਬੱਚਿਆਂ ਦਾ ਛੋਟੇ ਛੋਟੇ ਬੱਚੇ ਕੱਲ੍ਹ ਵੀ ਬਹੁਤ ਵਧੀਆ ਰਿਹਾ ਸਾਡਾ ਅਰਵਿੰਦਰ ਸਿੰਘ ਕੰਗ ਹੁਣੀ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਦੇ ਹੈੱਡ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡਾ ਕੱਲ੍ਹ ਸ਼ੋਅ ਔਰਗਨਾਈਜ਼ ਕੀਤਾ 9X ਟਸ਼ਨ ਟਸ਼ਨ ਨਾਈਟ ਸੀਗੀ ਅਤੇ ਹਿਮਾਂਸ਼ੂ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਬਾਂਸਲ ਭਾਅ ਜੀ ਉਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਸਾਰਿਆਂ ਨੇ ਕੀਤਾ ਥੈਂਕ ਯੂ ਸਾਰੇ ਸਪੋਰਟ ਕਰਦੇ ਹਾਂ ਅਤੇ ਅੱਜ ਸੱਜਣ ਸਿੰਘ ਰੰਗਰੂਟ ਦੀ ਗੱਲ ਆਪਾਂ ਇੱਦੀ ਬਸ ਫੋਨਾਂ 'ਤੇ ਲਾਈਵ ਹੋ ਕੇ ਕਰਾਂਗੇ ਬਾਕੀ ਰਾਈਜ਼ਿੰਗ ਸਟਾਰ ਦਾ ਲਾਈਵ ਚੱਲਣਾ ਸੋਰੀ ਮੁੰਡਾ ਦਾ ਹਾਰ ਗਿਆ ਮਾਮਲਾ ਦੇਖਿਆ ਕੰਗ ਸਾਹਿਬ ਨੈਟਵਰਕ ਇਸ਼ੂ ਥੋੜ੍ਹਾ ਚੱਲਦਾ ਪਿਆ ਉਹਦੇ ਲਈ ਮੈਂ ਮਾਫ਼ੀ ਚਾਹੂੰਗਾ ਅਤੇ ਗਾਣਾ ਦੋ ਟਾਈਮ ਦੀ ਰੋਟੀ ਉਹ ਵੀ ਆਉਣ ਵਾਲਾ ਪਤਾ ਨਹੀਂ ਅੱਜ ਆ ਜਾਣਾ ਪਤਾ ਨਹੀਂ ਕੱਲ੍ਹ ਆਊਗਾ ਅਤੇ ਉਹ ਪੰਕਜ ਬੱਤਰਾ ਜੀ ਸਾਡੇ ਜਿਹੜੇ ਡਾਇਰੈਕਟਰ ਆ ਉਹ ਥੋੜ੍ਹੀ ਥੋੜ੍ਹੀਆਂ ਗੱਲਾਂ ਲੁਕੋ ਕੇ ਰੱਖਦੇ ਸਾਡੇ ਤੋਂ ਅਤੇ ਉਹਨਾਂ ਨੇ ਜਲਦੀ ਤੁਹਾਨੂੰ ਨਵਾਂ ਗਾਣਾ ਵੀ ਸੁਣਨ ਨੂੰ ਮਿਲੂਗਾ ਅਤੇ ਉਮੀਦ ਕਰਦੇ ਹਾਂ ਵੀ ਕੱਲ੍ਹ ਨੂੰ ਫਸ ਜਾਈਏ ਅਸੀਂ ਧੱਕੇ ਨਾਲ ਕੋਈ ਨਾ ਕੋਈ ਗਾਣਾ ਜਿਹੜਾ ਰੰਗਰੂਟ ਦਾ ਉਹ ਤੁਹਾਨੂੰ ਕੱਲ੍ਹ ਕਲਰਸ 'ਤੇ ਵੀ ਸ਼ਾਇਦ ਦੇਖਣ ਨੂੰ ਮਿਲੇ ਬਾਕੀ ਜੋ ਕੀ ਜ਼ੋਰ ਗਰੀਬਾਂ ਦਾ ਅਤੇ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਨੂੰ ਪਤਾ ਥੋੜ੍ਹਾ ਜਿਹਾ ਓਰੀਜਨਲ ਸਿਨੇਮਾ ਨੂੰ ਫਿਰ ਇੱਦਾਂ ਹੀ ਮਹਾਰਾਜ ਅਤੇ ਪਰ ਜਿੱਥੇ ਇੱਥੇ ਫਸ ਸਕਦੇ ਹਾਂ ਫਸਾਂਗੇ ਜ਼ਰੂਰ ਸੋ ਆਸਟ੍ਰੇਲੀਆ ਨਿਊਜ਼ੀਲੈਂਡ ਸਪੈਸ਼ਲੀ ਉਹਦੀ ਥੀਏਟਰ ਲਿਸਟ ਜਲਦੀ ਆਉਣ ਵਾਲੀ ਆ ਮੇਰੀ ਹੁਣੇ ਗੱਲ ਹੁੰਦੀ ਹੈ ਆਪਣੇ ਓਮ ਜੀ ਗਰੁੱਪ ਨਾਲ ਹੁਣੇ ਉਹਨਾਂ ਨੇ ਦੱਸਿਆ ਕਿ ਭਾਅ ਜੀ ਉਹਨਾਂ ਨੇ ਕਿ ਆਪਾਂ ਜਲਦੀ ਤੁਹਾਡੀ ਗੱਲ ਹੋਈ ਨਾ ਬਾਬਾ ਜੀ ਕਿਹਨਾਂ ਦੀ ਗੱਲ ਹੋਈ ਤੁਹਾਡੀ ਸਾਨੀ ਸਾਹਿਬ ਨਾਲ ਹੀ ਹੋਇਆ ਸਿੱਧੀ ਸਾਨੀ ਸਾਹਿਬ ਨੇ ਹੁਣੇ ਸਾਨੂੰ ਜਲਦੀ ਤੁਹਾਨੂੰ ਥੀਏਟਰ ਲਿਸਟ ਦੇ ਦੇਣੀ ਆ ਆਸਟ੍ਰੇਲੀਆ ਨਿਊਜ਼ੀਲੈਂਡ ਤੁਸੀਂ ਬਹੁਤ ਵਧੀਆ ਸਪੋਰਟ ਕਰਦੇ ਪਏ ਉੱਥੇ ਤੁਸੀਂ ਪਲੀਜ਼ ਸਾਭਿਓ ਕਿਉਂਕਿ ਪਹਿਲਾਂ ਉੱਥੇ ਲੱਗਣੀ ਆ ਪਹਿਲਾਂ ਨਿਊਜ਼ੀਲੈਂਡ ਆਸਟ੍ਰੇਲੀਆ ਫਿਰ ਬਾਕੀ ਜਗ੍ਹਾ ਲੱਗਦੀ ਆ ਕਿਉਂਕਿ ਸੂਰਜ ਉੱਥੇ ਪਹਿਲਾਂ ਚੜ੍ਹ ਜਾਂਦਾ ਕੁਦਰਤ ਦੇ ਹਿਸਾਬ ਨਾਲ ਅਤੇ ਸਾਰੇ ਉੱਥੇ ਤੁਸੀਂ ਪਲੀਜ਼ ਉੱਥੇ ਵੀ ਸਪੋਰਟ ਕਰੋ ਉੱਥੇ ਦੀ ਥੀਏਟਰ ਲਿਸਟ ਵੀ ਮੈਂ ਜਲਦੀ ਸ਼ੇਅਰ ਕਰਦਾ ਹਾਂਜੀ 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 ਅਤੇ ਇੱਥੇ ਇੰਡੀਆ ਦੀ ਥੀਏਟਰ ਲਿਸਟ ਵੀ ਅਸੀਂ ਮੰਡੇ ਰਾਤ ਤੱਕ ਟਿਊਜ਼ਡੇ ਤੱਕ ਓਪਨ ਕਰ ਦੇਣੀ ਆ ਜਿਹੜੀਆਂ ਕੀ ਕਹਿੰਦੇ ਹੁੰਦੇ ਉਹਨੂੰ ਪ੍ਰੀ ਬੁਕਿੰਗ ਐਡਵਾਂਸ ਬੁਕਿੰਗ ਯੈਸ 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 ਮੈਮ ਐਡਵਾਂਸ ਬੁਕਿੰਗ ਉੱਥੇ ਇੱਥੇ ਦੀ ਵੀ ਜਲਦੀ ਸਟਾਰਟ ਹੋ ਜਾਣੀ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਉਹ ਖਾਲੀ ਜੇਬ ਕੱਲ ਭਰ ਜਾਵੇਗੀ ਫਰਕ ਕੀ ਪੈਂਦਾ ਏ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਥੈਂਕ ਯੂ ਦੀਪ ਵੀਰੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਵੀਰੇ ਦਾ ਧੰਨਵਾਦ ਅਤੇ ਅੱਜ ਰਾਤ ਨੂੰ ਮਿਲਦੇ ਹਾਂ 9 ਵਜੇ ਰਾਈਜ਼ਿੰਗ ਸਟਾਰ 'ਤੇ ਤਿਆਰ ਹੋ ਗਏ ਬਸ ਹੁਣ ਇਸ ਤੋਂ ਬਾਅਦ ਸਾਊਂਡ ਚੈੱਕ ਹੋਣੀ ਹੁਣ ਸਟਾਰਟ ਹੋ ਜਾਣੀ ਆ ਪੱਗ ਰੈਡੀ ਅਤੇ ਦਸਾਂਝ ਵਾਲਾ ਰੈਡੀ ਸੱਜਣ ਸਿੰਘ ਰੰਗਰੂਟ ਅੱਜ ਇੱਦਾਂ ਹੀ ਦਿਖੂਗਾ ਤੁਹਾਨੂੰ ਉੱਥੇ ਰਾਈਜ਼ਿੰਗ ਸਟਾਰ 'ਤੇ ਅਤੇ ਬਸ ਤੁਸੀਂ ਦੇਖਿਓ ਅਤੇ ਇੰਜੋਏ ਕਰਿਓ ਆਪਾਂ ਸਾਰਿਆਂ ਨੂੰ ਸਪੋਰਟ ਕਰਦੇ ਹਾਂ ਜਿੰਨੇ ਵੀ ਕਲਾਕਾਰ ਉੱਥੇ ਹੈ ਨਵੇਂ ਕਲਾਕਾਰਾਂ ਨੂੰ ਆਪਾਂ ਆਪਣੀ ਪੂਰੀ ਸਪੋਰਟ ਆ ਸਾਰਿਆਂ ਨੂੰ ਅਤੇ ਆਪਾਂ ਪੂਰਾ ਜ਼ੋਰ ਲੱਗਦਾ ਕਿ ਸਾਰਿਆਂ ਦੀ ਦੀਵਾਰ ਉੱਠੇ ਅਤੇ ਪ੍ਰੋਗਰਾਮ ਇਹ ਇਹਨਾਂ ਦਾ 100 ਦਿਨ ਚੱਲੇ ਹਾਈ ਐਂਡ ਗੱਡੀਆਂ 150 ਤੇ ਹਾਂਜੀ ਹਾਂਜੀ ਮਹਾਰਾਜ ਕੱਲ੍ਹ ਬਹੁਤ ਸਵਾਦ ਆਇਆ ਗਾਣਾ ਗਾ ਕੇ ਥੈਂਕ ਯੂ ਗਾਈਜ਼ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਬਾਏ ਬਾਏ ਠਾਠਾ ਐਂਡ ਦਾ ਲਵ ਯੂ ਆਫ ਦਾ